ਚੱਲਦਾ ਪਥਰੀ ਦਾ ਸਰਵਾਈਕਲ ਦਾ ਟਾਈਫਾਈਡ ਦਾ ਸ਼ੂਗਰ ਦਾ ਬਵਾਸੀਰ ਦਾ ਹਾਰਟ ਪ੍ਰੋਬਲਮ ਪੁਰਾਣੀ ਖੰਗ ਜੋੜਾਂ ਦੀ ਦਰਦ ਕਾਲਾ ਪੀਲੀ ਆ ਪੀਲਾ ਪੀਲੀ ਆ ਅਸੀਂ ਹੁਣੇ ਕੱਢ ਦਿੰਦੇ ਕੱਢ ਕੇ ਵੀ ਦਿਖਾ ਦਿੰਦੇ ਠੀਕ ਹੈ ਤੇ ਟਾਈਫਾਈਡ ਦਾ ਵੀ ਇਲਾਜ ਕਰ ਦਿੰਦੇ ਜਿਹੜਾ ਵਿਗੜਿਆ ਹੋਇਆ ਬਿਮਾਰ ਅਲਾ ਹੁੰਦਾ ਬੁਖਾਰ ਹੁੰਦਾ ਹਰ ਇੱਕ ਇਲਾਜ ਹੈਗਾ ਸਾਡੇ ਦਵਾਈ ਦਾ ਅਸੀਂ ਕੈਂਸਰ ਦੀ ਦਵਾਈ ਵੀ ਤਿਆਰ ਕੀਤੀ ਆ ਅਸੀਂ ਜ਼ਹਿਰਾਂ ਤੋਂ ਬਹੁਤੀਆਂ ਜ਼ਹਿਰਾਂ ਤੋਂ ਤਿਆਰ ਕਰ ਦਿੰਦੇ ਹਾਂ ਠੀਕ ਹੈ ਤੇ ਇਹ ਜਿਹੜਾ ਤੁਸੀਂ ਸਿੱਖਿਆ ਹੈਗਾ ਹੈਨਾ ਹਕਮਤ ਸਿੱਖੀ ਹੈ ਇਹ ਤੁਹਾਡੇ ਬਜ਼ੁਰਗ ਕਰਦੇ ਸੀ ਅਸੀਂ ਤਾਂ ਜ਼ਿਮੀਂਦਾਰ ਹਾਂ ਸਾਡੇ ਪਰਿਵਾਰ ਸਾਰੇ ਜ਼ਿਮੀਂਦਾਰ ਆ ਅੱਛਾ ਜੀ ਅਸੀਂ ਜ਼ਿਮੀਂਦਾਰ ਹਾਂ ਜਿਸ ਮਹਾਂਪੁਰਖਾਂ ਦੀ ਕਿਰਪਾ ਕਰਕੇ ਉਸ ਮਹਾਂਪੁਰਖਾਂ ਦਾ ਬਚਨ ਕੀਤਾ ਸੀ ਵੀ ਦੇਸੀ ਦਵਾਈਆਂ ਦਾ ਕਰੋ ਉਹਨਾਂ ਦੇ ਬਚਨ ਦੇ ਨਾਲ ਅਸੀਂ ਸ਼ੁਰੂ ਕੀਤਾ ਸੀ ਸਾਡਾ ਉਹ ਚੱਲ ਰਿਹਾ ਇਹ ਜਿਹੜੀ ਦਵਾਈਆਂ ਤੁਸੀਂ ਬਣਾਉਂਦੇ ਹੋ ਇਹ ਤੁਸੀਂ ਦੱਸ ਰਹੇ ਹੋ ਵੀ ਮਤਲਬ ਕਿ ਘਰੇਲੂ ਨੁਸਖਿਆਂ ਤੋਂ ਤਿਆਰ ਕੀਤੀ ਹੋਈ ਹੈ ਜੜੀਆਂ ਬੂਟੀਆਂ ਤੋਂ ਆਮ ਜਿਹੜੀਆਂ ਪਿੰਡਾਂ ਦੇ ਵਿੱਚ ਹੋਣਾ ਹੈ ਜੜੀਆਂ ਬੂਟੀਆਂ ਜਾਂ ਕੋਈ ਅਸੀਂ ਮੁੱਲ ਵੀ ਲੈਂਦੇ ਕੋਈ ਤਰ੍ਹਾਂ ਦੀ ਚੀਜ਼ਾਂ ਵੀ ਜਿਹੜੀਆਂ ਹੁੰਦੀਆਂ ਸਨ ਨਹੀਂ ਲੱਭ ਲਈਆਂ ਲੱਗ ਠੀਕ ਹੈ ਸੋ ਦੋਸਤੋ ਅਸੀਂ ਦਿੱਲੀ ਦੇ ਮੋਰਚੇ ਦੇ ਉੱਤੇ ਡਟੇ ਹੋਏ ਹਾਂ ਔਰ ਕਿਸਾਨਾਂ ਨੂੰ ਮਦਦ ਕਰਨ ਦੇ ਲਈ ਕਿਸਾਨਾਂ ਨੂੰ ਹਰ ਚੀਜ਼ ਪ੍ਰੋਵਾਈਡ ਕਰਵਾਉਣ ਦੇ ਲਈ ਇੱਥੇ ਵੱਖ ਵੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਔਰ ਇਸ ਵਕਤ ਬਹੁਤ ਸਾਰੀ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਗੱਲ ਵੀ ਕਰ ਲੈਂਦੀ ਹੈ ਮੇਰੇ ਨਾਲ ਸਿੰਘ ਸਾਹਿਬ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਵਾਹਿਗੁਰੂ ਫਤਿਹ ਜੀ ਸਿੰਘ ਸਾਹਿਬ ਮੈਂ ਵੇਖ ਰਿਹਾ ਬਹੁਤ ਕੁਛ ਤੁਸੀਂ ਕਰ ਰਹੇ ਹੋ ਪਰ ਪਤਾ ਨਹੀਂ ਲੱਗ ਰਿਹਾ ਵੀ ਕੀ ਇਲਾਜ ਕਿਸ ਚੀਜ਼ ਦਾ ਹੋ ਰਿਹਾ ਕਿਸ ਚੀਜ਼ ਦਾ ਇਲਾਜ ਕਰ ਰਹੇ ਹੋ ਤੁਸੀਂ ਡਿਸਕ ਪ੍ਰੋਬਲਮ ਸਰਵਾਈਕਲ ਠੀਕ ਹੈ ਜੋ ਵੀ ਕਿਸੇ ਨੂੰ ਹੈਗੀ ਆ ਜੇ ਸਾਲ ਦੋ ਸਾਲ ਦੇ ਵਿੱਚ ਵਿੱਚ ਦੀ ਹੈ ਮੌਕੇ ਤੇ ਠੀਕ ਹੋ ਰਹੀ ਆ ਠੀਕ ਹੈ ਮੈਂ ਦੋਸਤੋ ਵੇਖ ਰਿਹਾ ਵੀ ਬੇਲ ਨਹੀਂ ਮਿਲ ਰਹੀ ਇਹਦਾ ਮਤਲਬ ਹੈ ਕਿ ਹਰ ਇੱਕ ਇਨਸਾਨ ਨੂੰ ਇਹ ਪ੍ਰੋਬਲਮ ਹੈਗੀ ਹੈ ਬਿਲਕੁਲ ਹੈਗੀ ਹੈ ਹਰ ਇੱਕ ਕਿਸਾਨ ਨੂੰ ਹੈਗੀ ਆ ਕਿਉਂਕਿ ਅਸੀਂ ਘੇ ਨਹੀਂ ਖਾਂਦੇ ਹੋਰ ਕੋਈ ਦੁਰਿਆਈਆਂ ਚੀਜ਼ਾਂ ਨਹੀਂ ਖਾਂਦੇ ਇਸ ਕਰਕੇ ਸਾਡੇ ਸਾਰੇ ਸਰੀਰ 'ਚ ਹੈਗੀ ਆ ਔਰ ਮੈਂ ਕਹਿੰਦਾ ਕਿ ਇਹ ਨਹੀਂ ਹੈਗਾ ਕਿ ਸਿਰਫ ਬਜ਼ੁਰਗ ਹੀ ਆਏ ਹੋਏ ਆ ਤੁਸੀਂ ਵੇਖ ਸਕਦੇ ਆ ਇਹ ਵੀ ਨੌਜਵਾਨ ਨੇ ਔਰ ਬੱਚੇ ਵੀ ਆਏ ਹੋਏ ਨੇ ਛੋਟੀ ਉਮਰ ਦੇ ਬੱਚੇ ਵੀ ਆ ਰਹੇ ਆ ਬਜ਼ੁਰਗ ਵੀ ਆ ਰਹੇ ਆ ਸੋ ਬਜ਼ੁਰਗ ਹੁਣ ਕਰਨਗੇ ਨਾਲ ਦੀ ਨਾਲ ਅਸੀਂ ਗੱਲ ਵੀ ਕਰਾਂਗੇ ਤੁਸੀਂ ਆਏ ਕਿੱਥੋਂ ਹੈਗੇ ਹੋ ਜੀ ਅਸੀਂ ਧੰਨ ਧੰਨ ਬਾਬਾ ਕਾਬਲ ਸਿੰਘ ਤਪਸਥਾਨ ਚੱਕ ਮੱਲਾ ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਚੱਬੇਵਾਲ ਮਾਲਪੁਰ ਦੇ ਲਾਗੇ ਨਜ਼ਦੀਕ ਆ ਠੀਕ ਹੈ ਤੁਸੀਂ ਇੱਥੇ ਥੋੜ੍ਹਾ ਜਿਹਾ ਸਮਾਂ ਕੱਢ ਕੇ ਮੜ੍ਹ ਜਾ ਦੱਸੂਗੇ ਜੀ ਮੈਂ ਦਰਖਾਸਤ ਕਰੂੰਗੀ ਤੁਸੀਂ ਥੋੜ੍ਹਾ ਜਿਹਾ ਅੱਗੇ ਆ ਜਾਓ ਅਤੇ ਅਸੀਂ ਇੱਥੇ ਬਹੁਤ ਕੁਛ ਲਿਖਿਆ ਹੋਇਆ ਥੋੜ੍ਹਾ ਜਿਹਾ ਸਾਨੂੰ ਦੱਸ ਦਿਓ ਐਡਰੈਸ ਆ ਪਹਿਲੀ ਤਾਂ ਗੱਲ ਅਸੀਂ ਅੱਛਾ ਜੀ ਇਹ ਅਜੈਬ ਸਿੰਘ ਮੇਰਾ ਨਾਮ ਹੈ ਜੀ ਹੁਸ਼ਿਆਰਪੁਰ ਪਿੰਡ ਚੱਕ ਮੱਲਾ ਨੇੜੇ ਮਾਲਪੁਰ ਤਹਿਸੀਲ ਗੜ੍ਹ ਸ਼ੰਕਰ ਤਾਂ ਕੈਂਸਰ ਦਾ ਪਥਰੀ ਦਾ ਸਰਵਾਈਕਲ ਦਾ ਟਾਈਫਾਈਡ ਦਾ ਸ਼ੂਗਰ ਦਾ ਬਵਾਸੀਰ ਦਾ ਹਾਰਟ ਪ੍ਰੋਬਲਮ ਪੁਰਾਣੀ ਖੰਗ ਜੋੜਾਂ ਦੀ ਦਰਦ ਕਾਲਾ ਪੀਲੀ ਆ ਪੀਲਾ ਪੀਲੀ ਆ ਅਸੀਂ ਹੁਣੇ ਕੱਢ ਦਿੰਦੇ ਕੱਢ ਕੇ ਵੀ ਦਿਖਾ ਦਿੰਦੇ ਠੀਕ ਹੈ ਤੇ ਟਾਈਫਾਈਡ ਦਾ ਵੀ ਇਲਾਜ ਕਰ ਦਿੰਦੇ ਜਿਹੜਾ ਵਿਗੜਿਆ ਹੋਇਆ ਬਿਮਾਰ ਅਲਾ ਹੁੰਦਾ ਬੁਖਾਰ ਹੁੰਦਾ ਠੀਕ ਹੈ ਹਰ ਇੱਕ ਇਲਾਜ ਹੈਗਾ ਸਾਡੀ ਦਵਾਈ ਦਾ ਤੇ ਉਹ ਜਿਹੜੀ ਤੁਸੀਂ ਦਵਾਈ ਦਿੰਦੇ ਹੋ ਉਹ ਕਿਹੜੀ ਦਵਾਈ ਹੁੰਦੀ ਹੈ ਘਰ ਦੀ ਬਣਾਈ ਹੈ ਜਾਂ ਐਲੋਪੈਥੀ ਹੈ ਅਸੀਂ ਆਪ ਦੇਸੀ ਤਿਆਰ ਕਰਦੇ ਹਾਂ ਠੀਕ ਹੈ ਅਸੀਂ ਕੈਂਸਰ ਦੀ ਦਵਾਈ ਵੀ ਤਿਆਰ ਕੀਤੀ ਅਸੀਂ ਜ਼ਹਿਰਾਂ ਤੋਂ ਬਹੁਤੀਆਂ ਜ਼ਹਿਰਾਂ ਤੋਂ ਤਿਆਰ ਕਰਦੇ ਹਾਂ ਠੀਕ ਹੈ ਤੇ ਇਹ ਜਿਹੜਾ ਤੁਸੀਂ ਸਿੱਖਿਆ ਹੈਗਾ ਹੈਨਾ ਹਕਮਤ ਸਿੱਖੀ ਹੈ ਇਹ ਤੁਹਾਡੇ ਬਜ਼ੁਰਗ ਕਰਦੇ ਸੀ ਅਸੀਂ ਤਾਂ ਜ਼ਿਮੀਂਦਾਰ ਹਾਂ ਸਾਡੇ ਪਰਿਵਾਰ ਸਾਰੇ ਜ਼ਿਮੀਂਦਾਰ ਆ ਅੱਛਾ ਜੀ ਅਸੀਂ ਜ਼ਿਮੀਂਦਾਰ ਹਾਂ ਜਿਸ ਮਹਾਂਪੁਰਖਾਂ ਦੀ ਕਿਰਪਾ ਕਰਕੇ ਉਸ ਮਹਾਂਪੁਰਖਾਂ ਦਾ ਬਚਨ ਕੀਤਾ ਸੀ ਵੀ ਦੇਸੀ ਦਵਾਈਆਂ ਦਾ ਕਰੋ ਉਹਨਾਂ ਦੇ ਬਚਨ ਦੇ ਨਾਲ ਅਸੀਂ ਸ਼ੁਰੂ ਕੀਤਾ ਸੀ ਸਾਡਾ ਉਹ ਚੱਲ ਰਿਹਾ ਇਹ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਸਾਨੂੰ 20 ਸਾਲ ਤੋਂ ਉੱਪਰ ਹੋ ਗਏ ਜੀ ਅੱਛਾ ਜੀ 20 ਸਾਲ ਤੋਂ ਉੱਪਰ 14 ਸਾਲ ਤਾਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਗਿਆ ਕਿ ਦਵਾਈ ਦਿੰਦੇ ਸਾਰੀ ਦਵਾਈ ਠੀਕ ਹੈ ਠੀਕ ਹੈ ਆਖਰੀ ਸਟੇਜ ਕੈਂਸਰ ਹੈ ਉਹਦੀ ਦਵਾਈ ਵੀ ਸਾਡੇ ਕੋਲ ਹੈਗੀ ਆ ਕਿ ਮਰੀਜ਼ ਜਿਹੜਾ ਆਇਆ ਵੀ ਉਹ ਰੋਟੀ ਪਾਣੀ ਖਾਂਦਾ ਹੋਣਾ ਚਾਹੀਦਾ ਕਿ ਸਾਡੀ ਦਵਾਈਆਂ ਦੇ ਨਾਲ ਦੁੱਧ ਕੇ ਦਹੀਂ ਲੱਸੀ ਜ਼ਿਆਦਾ ਖਾਣਾ ਪੈਂਦਾ ਹਾਰਟ ਦੀ ਦਵਾਈ ਵੀ ਅਸੀਂ ਦਿੰਦੇ ਹਾਂ ਹੁਣ ਸਾਡੇ ਕੋਲ ਹੈਗੀ ਆ ਜੇ ਉਹਨੂੰ ਕਿਸੇ ਨੇ ਕਿਹਾ ਪਹਿਲਾਂ ਆਪਰੇਸ਼ਨ ਕਰਾਓ ਉਹਦੇ ਵਾਸਤੇ ਅਸੀਂ ਇੱਕ ਦਵਾਈ ਇੱਥੇ ਤਿਆਰ ਆ ਬੂੰਦਾਂ 10 ਕੁ ਬੂੰਦਾਂ ਉਹ ਰੋਜ਼ ਲਵੇ 10-12 ਬੂੰਦਾਂ ਨਹੀਂ 10-12 ਬੂੰਦਾਂ ਦੀਆਂ ਲਵੇ ਆਹੀ ਦਵਾਈ ਦਿੰਦੇ ਅਸੀਂ ਦੋ ਟਾਈਮ ਦੋ ਤਿੰਨ ਦਿਨ ਲਵੇ 3 ਦਿਨ ਤੋਂ ਬਾਅਦ ਸਾਹ ਸਹੀ ਹੋ ਜਾਊਗਾ ਉਸ ਤੋਂ ਬਾਅਦ 3 ਮਹੀਨੇ ਖਾਓ ਬਿਲਕੁਲ ਹਾਰਟ ਬੱਚਿਆਂ ਦਾ ਹੋ ਜਾਊਗਾ ਆਪਣੀ ਦੇਸੀ ਦਵਾਈ ਪਾਣੀ ਜ਼ਿਆਦਾ ਪੀਣਾ ਪੈਂਦਾ ਠੀਕ ਹੈ ਅਤੇ ਇਹ ਜਿਹੜੀ ਦਵਾਈਆਂ ਤੁਸੀਂ ਬਣਾਉਂਦੇ ਹੋ ਇਹ ਤੁਸੀਂ ਦੱਸ ਰਹੇ ਹੋ ਵੀ ਮਤਲਬ ਕਿ ਘਰੇਲੂ ਨੁਸਖਿਆਂ ਤੋਂ ਤਿਆਰ ਕੀਤੀ ਹੋਈ ਹੈ ਜੇ ਜੜੀਆਂ ਬੂਟੀਆਂ ਤੋਂ ਆਮ ਜਿਹੜੀਆਂ ਪਿੰਡਾਂ ਦੇ ਵਿੱਚ ਹੋਣਾ ਜੜੀਆਂ ਬੂਟੀਆਂ ਜਾਂ ਕੋਈ ਅਸੀਂ ਮੁੱਲ ਵੀ ਲੈਂਦੇ ਕੋਈ ਤਰ੍ਹਾਂ ਦੀ ਚੀਜ਼ਾਂ ਵੀ ਜਿਹੜੀਆਂ ਹੁੰਦੀਆਂ ਸਾਨੂੰ ਨਹੀਂ ਲੱਭ ਲਈਆਂ ਲੱਗ ਠੀਕ ਹੈ ਅਤੇ ਤੁਸੀਂ ਇੱਥੇ ਆਏ ਹੋ ਕਿੰਨਾ ਦਿਨ ਹੋ ਗਏ ਤੁਹਾਨੂੰ ਇੱਥੇ ਆਇਆਂ ਨੂੰ ਅਤੇ ਕੀ ਸੋਚ ਕੇ ਆਏ ਸੀਗੇ ਇੱਕ ਹਫ਼ਤਾ ਜਦੋਂ ਅਸੀਂ ਨਾ ਆਪਣੇ ਉੱਥੇ ਇਹ ਸੇਵਾ ਸਾਡੀ ਉੱਥੇ ਗੁਰਦੁਆਰਾ ਸਾਹਿਬ ਵੀ ਫ੍ਰੀ ਆ ਜਦੋਂ ਅਸੀਂ ਉੱਥੇ ਸੇਵਾ ਕਰਦੇ ਸੀ ਸਾਗੋ ਸੰਗਤ ਆਉਂਦੀ ਸੀਗੀ ਸਾਡਾ ਮਨ ਉੱਥੇ ਲੱਗਦਾ ਨਹੀਂ ਸੀਗਾ ਸਾਡਾ ਸੀਗਾ ਵੀ ਅਸੀਂ ਉੱਥੇ ਜਾਈਏ ਵੀ ਅਸੀਂ ਧਰਮੀ ਨਹੀਂ ਜੇ ਅਸੀਂ ਧਰਮੀ ਹੈ ਤਾਂ ਉੱਥੇ ਜਾਈਏ ਉਹ ਧਰਮੀ ਹੈ ਅਸੀਂ ਇਸ ਧਰਮ ਦੀ ਖਾਤਰ ਅਸੀਂ ਇੱਥੇ ਆ ਕੇ ਕਲਗੀਧਰ ਦੀ ਕਿਰਪਾ ਹੈ ਸਾਡੇ 'ਤੇ ਮਹਾਂਪੁਰਖ ਮਹਾਰਾਜ ਕਿਰਪਾ ਉਹਦੇ ਆਸਰੇ ਨਾਲ ਅਸੀਂ ਸੇਵਾ ਕਰ ਲਈ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ ਜੋ ਵੀ ਅਸੀਂ ਦਵਾਈ ਦੇ ਰਹੇ ਫ੍ਰੀ ਹੈ ਬਿਲਕੁਲ ਬਿਲਕੁਲ ਫ੍ਰੀ ਹੈ ਗੁਰਦੁਆਰਾ ਸਾਹਿਬ ਵਿੱਚ ਵੀ ਫ੍ਰੀ ਹੈ ਜਿੱਦਾਂ ਦਾ ਮਰਜ਼ੀ ਹੋਵੇ ਮਰੀਜ਼ ਸਰ ਅੱਛਾ ਜੀ ਸਾਡੇ ਕੋਲ ਛੱਡ ਜਾਓ ਜੇ ਕੋਈ ਇਲਾਜ ਨਹੀਂ ਕਰਾ ਸਕਦਾ ਜਿਹੜਾ ਜਿਹੜੀ ਕੈਂਸਰ ਦੀ ਦਵਾਈ ਹੈ ਨਾ ਦੁੱਧ ਘੇ ਦੋ ਤਿੰਨ ਵਾਰ ਖਾਣਾ ਪੈਂਦਾ
ਉਹਨੂੰ ਦੇਖਭਾਲ ਵਾਸਤੇ ਉਹਦੇ ਵਾਸਤੇ ਵੀ ਅਸੀਂ ਲੰਗਰ ਪਾਣੀ ਦੇਵਾਂਗੇ, ਕੋਈ ਪੈਸਾ ਨਹੀਂ ਲੱਗੂਗਾ। ਅੱਛਾ, ਤੁਸੀਂ ਕਹਿ ਰਹੇ ਵੀ ਦੁੱਧ ਕੀ ਜਿਹੜਾ ਖਾਣਾ ਪੈਂਦਾ ਉਹ ਵੀ ਤੁਸੀਂ ਪ੍ਰੋਵਾਈਡ ਕਰਾਉਂਦੇ? ਕੋਲੋਂ ਦੇਵਾਂਗੇ, ਸਾਡੇ ਕੋਲ 22 ਪਸ਼ੂ ਹੈਗੇ ਰੱਖੇ। ਅਸੀਂ ਆਪਣੀ ਖੇਤੀ ਕਰਦੇ 18-20 ਕਿੱਲਿਆਂ ਦੀ ਖੇਤੀ ਗੁਰਦੁਆਰਾ ਸਾਹਿਬ ਵਾਸਤੇ ਅਸੀਂ ਮਾਮਲੇ 'ਤੇ ਲੈ ਕੇ ਫਿਰ ਕਰਦੇ ਆਪਣੇ ਘਰ ਦੀ ਬੱਕਰੀ ਕਰਦੇ ਹਾਂ। ਠੀਕ ਹੈ ਜੀ, ਹਾਂਜੀ। ਸੋ ਦੋਸਤੋ ਅਸੀਂ ਗੱਲ ਵੀ ਕਰਾਂਗੇ, ਮੈਂ ਦਰਖਾਸਤ ਕਰਾਂਗੇ ਇੱਕ ਵਾਰੀ ਥੋੜ੍ਹਾ ਜਿਹਾ ਇੱਥੇ ਆ ਜਾਓ, ਅਸੀਂ ਇੱਕ ਵਾਰੀ ਅਸੀਂ ਵਿਖਾ ਦਈਏ। ਇੱਥੇ ਲਿਖਿਆ ਹੋਇਆ ਕੈਂਸਰ, ਪੱਥਰੀ, ਸਰਵਾਈਕਲ, ਟਾਈਫਾਈਡ, ਸ਼ੂਗਰ, ਬਵਾਸੀਰ, ਹਾਰਟ ਪ੍ਰੋਬਲਮ, ਪੁਰਾਣੀ ਖੰਘ, ਜੋੜਾਂ ਦਾ ਦਰਦ ਜਿਹੜਾ ਹੁੰਦਾ ਹੈ, ਜਾਂ ਕਾਲਾ ਪੀਲੀਆ ਵੀ ਬੜਾ ਜਿਹੜਾ ਹੈਗਾ, ਬੜਾ ਭਿਆਨਕ। ਜਦ ਖਾਸ ਕਰਕੇ ਜਿਹੜੇ ਮੁੰਡੇ ਚਿੱਟਾ ਲਾਉਂਦੇ ਉਹਨਾਂ ਨੂੰ ਛੇਤੀ ਹੁੰਦਾ, ਆਮ ਬੰਦੇ ਨੂੰ ਤਾਂ 100 ਦੇ ਵਿੱਚ 1-2 ਨੂੰ ਹੁੰਦਾ, ਬਾਕੀ ਜਿਹੜੇ ਮੁੰਡੇ ਚਿੱਟਾ ਲਾਉਂਦੇ ਉਹਨਾਂ ਨੂੰ ਕਾਲਾ ਪੀਲੀਆ ਹੋ ਜਾਂਦਾ। ਅਸੀਂ ਕਾਲਾ ਪੀਲੀਏ ਨੂੰ ਅਖਬਾਰ ਦੇ ਨਾਲ ਅੱਗ ਲਗਾ ਕੇ ਕੱਢਦੇ ਵੀ ਹਾਂ ਅਤੇ ਅਸੀਂ ਉਹਦੀ ਦਵਾਈ ਵੀ ਦਿੰਦੇ ਹਾਂ। ਸਾਡੇ ਕੋਲ 2-3 ਤਰ੍ਹਾਂ ਦੀ ਦਵਾਈ ਹੈ ਕਾਲੇ ਪੀਲੀਏ ਦੀ। ਠੀਕ ਹੈ ਜੀ, ਹਾਂਜੀ। ਬਿਲਕੁਲ, ਜਿੱਦਾਂ ਮੈਂ ਹੁਣ ਵੇਖ ਰਿਹਾ ਵੀ ਇੱਥੇ ਤੁਸੀਂ ਕਰ ਰਹੇ ਸੀਗੇ, ਇੱਥੇ ਤਾਂ ਚਿਹਰਿਆਂ ਦੀ ਮੁਸਕਾਨ ਤੋਂ ਹੀ ਪਤਾ ਲੱਗਦਾ ਵੀ ਆਰਾਮ ਮਿਲ ਰਿਹਾ ਹੋਣਾ, ਅਤੇ ਜਿੱਦਾਂ ਤੁਸੀਂ ਪਹਿਲਾਂ ਕਰਦੇ ਹਾਂ ਇਲਾਜ ਕਰਦੇ ਹਾਂ ਅਤੇ ਫਾਇਦਾ ਹੋ ਰਿਹਾ ਵੀ ਮਰੀਜ਼ਾਂ ਨੂੰ? ਦੇਖੋ, ਅਸੀਂ ਤਾਂ ਹੀ ਕਰਦੇ ਰਹੇ, ਸਾਨੂੰ ਕੀ ਲੋੜ ਹੈ ਕੰਮ ਛੱਡ ਕੇ ਆਉਣ ਦੀ ਜੀ? ਦੇਖੋ, ਅਸੀਂ ਉੱਥੋਂ ਆ ਰਹੇ ਹਾਂ, ਕੋਈ ਅਸੀਂ ਇਹ ਕੋਈ ਨਹੀਂ ਆਪਣਾ ਹਸਪਤਾਲ ਨਹੀਂ ਸਾਡਾ, ਕੋਈ ਸਾਡੇ ਨਾਲ ਕੋਈ 4 ਬੰਦੇ ਆ, 6 ਬੰਦੇ ਇਸ ਵੇਲੇ ਕਰਦੇ ਅਸੀਂ ਸੇਵਾ ਇੱਥੇ। ਪਹਿਲਾਂ 4 ਆਏ ਸੀ, ਹੁਣ 2-6 ਹੋਰ ਆ ਗਏ ਹਾਂ, ਤਾਂ ਇਸ ਕਰਕੇ ਸਾਡੇ ਕੋਈ ਹੋਰ ਸਾਡੇ ਕੋਲ ਨਹੀਂ, ਆਪਣੇ ਆਪ ਤੌਰ 'ਤੇ ਕਰ ਰਹੇ ਹਾਂ, ਕੋਈ ਕਿਸੇ ਦੇ ਪੈਰ ਡਰ 'ਚ ਨਹੀਂ ਹੈਗਾ। ਅਕਾਲ ਪੁਰਖ ਦਾ ਡਰ ਆ, ਜਿਹੜੇ ਜਿੰਨੇ ਕਿਸਾਨ ਵੀਰ ਮੇਰੇ ਆਏ ਆ ਮੈਂ ਇਹਨਾਂ ਦਾ ਦਾਸ ਆ, ਇਹਨਾਂ ਦੀ ਸੇਵਾ ਹੈ। ਅਤੇ ਕਹਿੰਦੇ ਹੁੰਦੇ ਆ ਵੀ ਜੋ ਜੋ ਦਿਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀਓ, ਪਰਮਾਤਮਾ ਹੀ ਰੋਗਾਂ ਤੋਂ ਰਹਿਤ ਹੈ। ਅਤੇ ਅਸੀਂ ਸਾਰੇ ਹੀ, ਸਾਨੂੰ ਕੋਈ ਨਾ ਕੋਈ ਰੋਗ ਚਿੰਬੜਿਆ ਹੋਇਆ ਜਾਂ ਸਾਡੇ ਮਨ ਨੂੰ ਚਿੰਬੜਿਆ ਹੁੰਦਾ। ਸੋ ਬਜ਼ੁਰਗ ਜਿਹੜੇ ਇੱਥੇ ਆ ਰਹੇ ਨੇ ਉਹਨਾਂ 'ਚ ਤੁਸੀਂ ਕਿਹੜੇ ਜ਼ਿਆਦਾਤਰ, ਮਤਲਬ ਕਿ ਕਿਹੜੀ ਪ੍ਰੋਬਲਮ ਆ ਰਹੀ ਹੈ ਜ਼ਿਆਦਾ? ਸਾਡੇ ਜਾ ਕੇ ਸਰਵਾਈਕਲ ਔਰ ਡਿਸਕ ਪ੍ਰੋਬਲਮ ਜ਼ਿਆਦਾ ਆ ਰਹੀ ਇੱਥੇ। ਠੀਕ ਹੈ, ਅਸੀਂ ਇੱਥੇ ਪਿੱਛੇ ਆ ਕੇ ਗਏ ਸੀ, ਸਾਨੂੰ ਦੇਖਿਆ ਸੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਿ ਇੱਥੇ ਗਾਜਰ ਮਟਰਾਂ ਦੀ ਦਾਲ ਇੱਦਾਂ ਜ਼ਿਆਦਾ ਚੱਲਦੀਆਂ। ਅਸੀਂ ਆਪਣੇ ਕੋਲ ਅੱਜ ਸੁੰਡ ਦਾ ਪ੍ਰੋਗਰਾਮ ਬਣਾ ਕੇ ਲਿਆਏ ਹਾਂ, ਥੋੜ੍ਹੀ ਦਾਲ ਇਸਤਕਾਲਾਂ ਸੁੰਡ ਦੀ ਵਰਤਾਵਾਂਗੇ, ਅਸੀਂ ਤਿਆਰ ਕਰ ਚੁੱਕੇ ਹਾਂ, ਕੱਲ੍ਹ ਤੋਂ ਬਸ ਸਵੇਰ ਤੋਂ ਇਲਾਜ ਕਰਾਂਗੇ। ਠੀਕ ਹੈ, ਜਿੱਦਾਂ ਕਈ ਵਾਰੀ ਬੈ ਵੀ ਹੋ ਜਾਂਦੀ ਹੈ, ਬਹਿਬਾਦੀ ਹੋ ਜਾਂਦੀ ਹੈ ਜਿਹੜੀ, ਹੁਣ ਕਰੋਨਾ ਵੀ ਇਹਦੇ ਰੇਸ਼ਾ ਹੀ ਆ, ਸਾਡੀ ਰੇਸ਼ਾ ਖਰਾਬ ਹੋ ਗਈ ਹੈ, ਬੁਖਾਰ ਖਰਾਬ ਹੋ ਗਿਆ ਹੈ, ਅੱਗੇ ਵੀ ਇਲਾਜ ਸੀ, ਹੁਣ ਕਰਦੇ ਨਹੀਂ ਗੇ, ਹੁਣ ਹਾਰਟ ਅਟੈਕ ਨਾਲ ਮਾਰਦੇ ਬੰਦੇ ਨੂੰ ਕਹਿੰਦੇ ਕਰੋਨਾ ਆ, ਪਰ ਇੱਦਾਂ ਦੀ ਗੱਲ ਨਹੀਂ ਹੈ। ਠੀਕ ਹੈ ਬਜ਼ੁਰਗ, ਆਖਰ ਦੇ ਵਿੱਚ ਪੁੱਛਣਾ ਚਾਹੂੰਗਾ, ਆਖਰ ਸਵਾਲ ਮੇਰਾ ਇਹ ਹੈ, 20 ਸਾਲਾਂ ਦਾ ਤੁਹਾਡਾ ਤਜਰਬਾ ਹੋ ਗਿਆ, ਤੁਸੀਂ ਵੇਖ ਵੀ ਰਹੇ ਹੋਗੇ, ਐਕਸਪੀਰੀਅੰਸ ਕਰ ਰਹੇ ਹੋਗੇ, ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਸਾਰੀ ਗਲਤੀਆਂ ਕਰਦੇ ਹੁੰਦੇ ਹਾਂ ਖਾਣ ਪੀਣ ਦੇ ਵਿੱਚ, ਜਾਂ ਸਾਡੇ ਤਰਜ਼ੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਗਲਤੀਆਂ ਹੁੰਦੀਆਂ ਨੇ, ਸੋ ਕੀ ਕਹਿਣਾ ਚਾਹੋਗੇ ਜਿਹਦੇ ਨਾਲ ਸਾਡਾ ਵੀ ਅਤੇ ਦਰਸ਼ਕਾਂ ਦਾ ਵੀ ਫਾਇਦਾ ਹੋ ਸਕੇ? ਦੇਖੋ, ਇੱਕ ਅਸੀਂ ਜਿਹੜਾ ਪ੍ਰਸ਼ਾਦ ਜੋ ਅਸੀਂ ਪ੍ਰਸ਼ਾਦਾ ਛਕਦੇ ਹਾਂ, ਰੋਟੀ ਪਾਣੀ ਖਾਂਦੇ ਹਾਂ, ਅਸੀਂ ਉਸ ਤੋਂ ਬਾਅਦ ਪਾਣੀ ਪੀਂਦੇ ਹਾਂ, ਜਦੋਂ ਪ੍ਰਸ਼ਾਦਾ ਛਕਦੇ, ਪ੍ਰਸ਼ਾਦਾ ਛਕਣ ਦੇ ਨਾਲ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ, ਪਾਣੀ ਸਾਨੂੰ 1 ਘੰਟਾ ਪਹਿਲਾਂ ਰੱਜ ਕੇ ਛਕਣਾ ਚਾਹੀਦਾ, ਨਾਲ ਨਹੀਂ ਪੀਣਾ ਚਾਹੀਦਾ। ਅਸੀਂ ਪਾਣੀ ਵਾਸਤੇ ਇੱਦਾਂ ਕਿਹਾ ਜਾਂਦਾ ਇਹੋ ਕਿ ਜੇ ਅਸੀਂ ਪਹਿਲਾਂ ਪੀ ਲਈਏ ਤਾਂ ਅੰਮ੍ਰਿਤ ਆ, ਨਾਲ ਪਾਣੀ ਪੀ ਲਈਏ ਤਾਂ ਪਾਣੀ ਆ, ਬਾਅਦ 'ਚ ਪੀਂਦੇ ਤਾਂ ਜ਼ਹਿਰ ਆ। ਅਸੀਂ ਸਾਰੇ ਤਕਰੀਬਨ ਜ਼ਹਿਰ ਪੀਂਦੇ ਹਾਂ, ਸਾਨੂੰ ਗੈਸ ਪ੍ਰੋਬਲਮ, ਇਹ ਕੋਈ ਬਿਮਾਰੀ ਨਹੀਂ ਹੈਗੀ। ਕਾਬਜ਼ ਰੋਟੀ ਦੇ ਨਾਲ ਥੋੜ੍ਹਾ ਥੋੜ੍ਹਾ ਵੈਸੇ ਪੀ ਸਕਦੇ ਹਾਂ, ਕਾਬਜ਼ ਪਹਿਲਾਂ ਰੱਜ ਕੇ ਪੀ ਲਓ, ਲੋੜ ਹੀ ਨਾ ਪਵੇ ਸਰੀਰ ਦੇ ਵਿੱਚ, ਪਹਿਲਾਂ ਜ਼ਿਆਦਾ ਪੀ ਲਓ ਨਾ, ਪਹਿਲਾਂ ਜੋ 4 ਗਲਾਸ ਪੀ ਲਏ ਹੋਏ ਤਾਂ ਆਪੇ ਲੋੜ ਪੈਣੀ, ਪਰ ਅੱਧਾ ਅੱਧਾ ਗਲਾਸ ਪੀਂਦੇ ਹਰੇਕ ਨੂੰ ਕਾਬਜ਼ ਪ੍ਰੋਬਲਮ ਹੈ, ਪੱਥਰੀ ਹਰੇਕ ਨੂੰ, ਹਾਰਟ ਅਟੈਕ ਆ, ਇਹ ਜ਼ਿਆਦਾ ਗਏ ਪਾਣੀ ਦੀ ਘਾਟ ਕਰ, ਜਿੰਨੇ ਵੀ ਪੁਰਜੇ ਸਾਡੇ ਸਰੀਰ ਦੇ ਤਕਰੀਬਨ ਅੱਖਾਂ ਤੱਕ, ਹਾਰਟ ਤੱਕ, ਗੁਰਦਿਆਂ ਤੱਕ, ਇਹ ਸਾਡੇ ਪੁਰਜੇ ਉੱਦਾਂ ਖਰਾਬ ਨਹੀਂ ਹੁੰਦੇ ਜਿੱਦਾਂ ਆਪਾਂ ਕੋਈ ਵੀ ਬੱਤੀ ਜਾਂ ਸੋਚਿਆ ਇਹ ਜਲ ਕੇ ਗਰਮ ਹੋ ਕੇ ਸਾਡੇ ਖੜਦਾ, ਇੱਦਾਂ ਸਾਡੇ ਸਰੀਰ ਦੇ ਪਾਣੀ ਦੀ ਘਾਟ ਹੁੰਦੀ ਆ, ਇਹ ਪੁਰਜੇ ਖਰਾਬ ਹੁੰਦੇ ਆ। ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ, ਔਰ ਗੁਰਬਾਣੀ ਵੀ ਕਹਿੰਦੀ ਹੈ ਕਿ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ, ਔਰ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਨੂੰ ਇਸੇ ਤਰੀਕੇ ਨਾਲ ਸੇਵਾ ਵਿੱਚ ਲਾ ਕੇ ਰੱਖੇ, ਤੁਸੀਂ ਬਹੁਤ ਭਲਾ ਕੰਮ ਕਰ ਰਹੇ ਹੋ ਔਰ ਲੁਕਾਈ ਦਾ ਜਿਹਦੇ ਨਾਲ ਬਹੁਤ ਫਾਇਦਾ ਵੀ ਹੋ ਰਿਹਾ, ਔਰ ਇਸੇ ਅਰਦਾਸ ਦੇ ਨਾਲ ਚੱਲਦਾ, ਜਿੰਨਾ ਚਿਰ ਜ਼ਿੰਦਗੀ ਇੱਦਾਂ ਚੱਲਦਾ ਰਹੂਗਾ ਜੀ, ਜਿੰਨਾ ਚਿਰ ਜ਼ਿੰਦਗੀ ਇੱਦਾਂ ਚੱਲਦਾ ਰਹੂਗਾ ਜੀ, ਚੱਲਦਾ ਚਾਹੀਦਾ। ਔਰ ਸਾਡੀ ਤਾਂ ਅਰਦਾਸ ਇਹੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਬਹੁਤ ਧੰਨਵਾਦ ਜੀ, ਵੇਖ ਰਹੋ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ ਤੇ, ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।